20 तो 25 के करीब करीब मुंडे लड़के जनानियां जिहड़े तोती दा समूह परिवार सी उन्होंने हत्थां विच गिरचां कृपान डंडे बेसबॉल होर जिहड़े मतलब जानी मारन वास्ते जिहड़े तेज़धार हथियार सन ਉਹ ਸਾਡੇ ਘਰ ਮਰਪੀ ਆ ਗਏ। ਸਾਡੇ ਘਰ ਦੇ ਦੋ ਦਰਵਾਜ਼ੇ ਨੇ ਦੋਵਾਂ ਦਰਵਾਜ਼ੇ ਨੂੰ ਉਹਨਾਂ ਤੋੜ ਭੰਨਣ ਦੀ ਕੋਸ਼ਿਸ਼ ਕੀਤੀ। ਅਗਰ ਪੱਤਰਕਾਰਾਂ 'ਤੇ ਹਮਲੇ ਹੋਣੇ ਸ਼ੁਰੂ ਹੋ ਗਏ ਤਾਂ ਆਮ ਬੰਦਾ ਤਾਂ ਕੋਈ ਬੋਲੇਗਾ ਹੀ ਨਹੀਂ। ਜੇਕਰ ਸਾਨੂੰ 10-15 ਦੀਆਂ ਮਿੰਟਾਂ ਵਿੱਚ ਪਤਾ ਲੱਗਿਆ ਕਿ ਇੱਥੇ ਨਸ਼ਾ ਵਿਕਦਾ ਹੈ ਅਤੇ ਜਿਹੜਾ ਵਾ ਇੱਥੋਂ ਦੇ ਜਿਹੜੇ MLA ਨੇ ਜਾਂ ਇੱਥੋਂ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਅਸੀਂ ਤਾਂ ਪਤਾ ਕਿ ਇੱਥੇ ਨਸ਼ਾ ਵਿਕ ਰਿਹਾ। ਏਵਨ ਪੰਜਾਬੀ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਹਰਪ੍ਰੀਤ ਸੋਢੀ ਦੇ ਲੈ ਕੇ ਹਾਜ਼ਰ ਹਾਂ ਜੀ ਕਰੰਟ ਟਿਸ਼ੂ। ਦੋਸਤੋ ਕਰੰਟ ਟਿਸ਼ੂ ਵੀ ਚੱਲਦੇ ਹਾਂ ਜੀ ਅੰਮ੍ਰਿਤਸਰ, ਜਿੱਥੋਂ ਕਿ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਕਿ ਇੱਕ ਪੱਤਰਕਾਰ ਦੇ ਬੀਤੀ ਰਾਤ ਘਰ ਦੇ ਵਿੱਚ ਵੜ ਕੇ 15-20 ਵਿਅਕਤੀ ਦੱਸੇ ਜਾ ਰਹੇ ਜਿਨ੍ਹਾਂ ਨੇ ਕਿ ਹਮਲਾ ਕਰ ਦਿੱਤਾ ਗਿਆ। ਅਤੇ ਇਸ ਖਬਰ ਦੀ ਪੂਰੀ ਅਪਡੇਟ ਲਈ ਸਾਡੇ ਨਾਲ ਅੰਮ੍ਰਿਤਸਰ ਤੋਂ ਜੁੜੇ ਹੈ ਸੰਜੀਵ ਪੁੰਜੀ, ਉਹਨਾਂ ਦਿੰਦੇ ਹਾਂ ਪੂਰੀ ਜਾਣਕਾਰੀ। ਜੀ ਸੰਜੀਵ ਜੀ, ਕੀ ਹੈ ਪੂਰਾ ਮਾਮਲਾ? ਜੀ ਸਰ, ਛੋਟੀ ਸਾਹਿਬ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਥੋਂ ਅੰਮ੍ਰਿਤਸਰ ਤੋਂ ਜੇ ਡੇਲਾ ਗੁਰੂ ਬਿਲਕੁਲ 10-15 ਕਿਲੋਮੀਟਰ ਦੀ ਦੂਰੀ ਤੇ ਹੈ ਜੀ। ਔਰ ਇੱਥੇ ਦੇ ਜਿਹੜੇ ਸਾਡੇ ਪੱਤਰਕਾਰ ਨੇ ਰਾਮ ਚਰਨਜੀਤ ਸਿੰਘ ਜੀ ਔਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਿਪੋਰਟਰ ਨੇ ਜੀ, ਔਰ ਕਾਫੀ ਲੰਬੇ ਟਾਈਮੇ ਤੋਂ ਜਿਹੜੀਆਂ ਖਬਰਾਂ ਲਗਾ ਰਹੇ ਨੇ ਜੀ ਇੱਥੇ, ਔਰ ਨਸ਼ਾ ਤਸਕਰਾਂ ਦੇ ਖਿਲਾਫ਼ ਇਹਨਾਂ ਨੇ ਖਬਰਾਂ ਲਗਾਈਆਂ ਕਾਫੀ ਜੀ, ਔਰ ਨਸ਼ਾ ਤਸਕਰਾਂ ਨੇ ਇਹਨਾਂ ਦੇ ਘਰ ਦੇ ਉੱਤੇ ਜਾ ਕੇ ਹਮਲਾ ਕੀਤਾ ਗਿਆ ਸੀ ਜੀ। ਔਰ ਤਕਰੀਬਨ 20-25 ਬੰਦੇ ਸੀਗੇ ਜਿਹੜੇ ਅਣਪਛਾਤੇ ਬੰਦੇ ਸੀਗੇ, ਜਿਹਨਾਂ ਵਿੱਚੋਂ ਹੁਣ ਤੱਕ ਜਿਹੜੇ 3-4 ਬੰਦਿਆਂ ਦੀ ਜਿਹੜੀ ਪਛਾਣ ਹੋਈ ਜੀ। ਜੀ ਵੀਡੀਓ ਵਿੱਚ ਇਹ ਵੀ ਦੱਸਿਆ ਜਾ ਰਿਹਾ ਵੀ ਇਹ ਜਿਹੜੇ ਪੱਤਰਕਾਰ ਇਹਨਾਂ ਵੱਲੋਂ ਪਹਿਲਾਂ ਕੰਪਲੇਂਟ ਦਿੱਤੀ ਗਈ ਸੀ ਅਤੇ ਫਿਰ ਜੇ ਬਾਅਦ 2 ਘੰਟੇ ਬਾਅਦ ਹੀ ਪੁਲਿਸ ਵੱਲੋਂ ਉਹਨੂੰ ਛੱਡ ਦਿੱਤਾ ਗਿਆ ਜੀ। ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਥੋੜੀ ਸਾਹਿਬ ਕਿ ਜਿਹੜੇ ਸਾਡੇ ਪੱਤਰਕਾਰ ਨੇ ਰਾਮ ਚਰਨਜੀਤ ਸਿੰਘ ਜੀ 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 ਔਰ ਇਹਨਾਂ ਨੇ ਨਸ਼ਾ ਤਸਕਰਾਂ ਦੇ ਖਿਲਾਫ਼ ਖ਼ਬਰ ਲਗਾਈ ਸੀਗੀ ਜੀ, ਔਰ ਇਹਨਾਂ ਦੇ ਖਿਲਾਫ਼ ਕੰਪਲੇਂਟ ਵੀ ਦਿੱਤੀ ਸੀਗੀ ਪੁਲਿਸ ਥਾਣਾ ਜੰਡਾਲਾ ਗੁਰੂ ਦੇ ਵਿੱਚ ਜੀ। ਔਰ ਕੰਪਲੇਂਟ ਦੇਣ ਤੋਂ ਬਾਅਦ ਇਹਨਾਂ ਦੇ ਘਰ ਵਿੱਚ ਹਮਲਾ ਕੀਤਾ ਗਿਆ ਜੀ, ਔਰ ਜਿਹੜੇ ਨਸ਼ਾ ਤਸਕਰ ਨੇ ਇਹਨਾਂ ਦੇ ਇੰਨੇ ਹੌਸਲੇ ਬੁਲੰਦ ਹੈ ਜੀ, ਇਹਨਾਂ ਨੇ ਫਿਰ ਵੀ ਜਿਹੜਾ ਵਾ ਇਹਨਾਂ ਦੇ ਉੱਤੇ ਹਮਲਾ ਕੀਤਾ ਹੈ, ਜਿਸ ਦੀ ਜਾਣਕਾਰੀ ਡਿਪਟੀ ਸਾਹਿਬ ਨੂੰ ਵੀ ਸੀਗੀ ਔਰ SHO ਸਾਹਿਬ ਨੂੰ ਵੀ ਸੀਗੀ ਜੀ। ਜੀ ਸੰਜੀਵ ਜੀ, ਇੱਕ ਵਾਰ ਵਾਰ ਵੀਡੀਓ ਵਿੱਚ ਕਿਹਾ ਜਾ ਰਿਹਾ ਵੀ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਗਿਆ ਸੀ ਪਰ ਪੁਲਿਸ ਨੇ ਬਹੁਤ ਦੇਰੀ ਕੀਤੀ ਆਉਣ ਦੇ ਵਿੱਚ। ਜੀ ਸਰ, ਪੁਲਿਸ ਨੂੰ ਸੂਚਿਤ ਕੀਤਾ ਗਿਆ ਜੀ, ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਜਿਹੜਾ ਵਾ ਪੁਲਿਸ ਜਿਹੜੇ ਅਫਸਰ ਨੇ ਉਹਨਾਂ ਨੇ ਪੱਤਰਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਜੀ, ਔਰ ਜਿਹੜੇ ਸਾਡੇ ਪੱਤਰਕਾਰ ਨੇ ਰਾਮ ਚਰਨਜੀਤ ਸਿੰਘ ਜੀ ਨੇ ਕੰਪਲੇਂਟ ਦਿੱਤੀ ਸੀ SHO ਸਾਹਿਬ ਨੂੰ ਜੀ, ਔਰ SHO ਸਾਹਿਬ ਨੇ ਉਲਟਾ ਜਿਹੜੇ ਪੱਤਰਕਾਰ ਨੇ ਇਹਨਾਂ ਨੂੰ ਧਮਕਾਇਆ ਜੀ। ਫਿਲਹਾਲ ਹੁਣ ਕੀ ਸਥਿਤੀ ਹੈ, ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਦੇਖੋ ਜੀ, ਪਰਚਾ ਤਾਂ ਰਜਿਸਟਰ ਕਰਵਾਇਆ ਗਿਆ ਹੈ, ਧੱਕੇ ਨਾਲ ਪਰਚਾ ਰਜਿਸਟਰ ਹੋਇਆ ਹੈ ਜੀ, ਜਦਕਿ ਜਿਹੜੀ ਆ ਕੈਪਟਨ ਸਰਕਾਰ ਆ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਪੱਤਰਕਾਰਾਂ ਦੀ ਜਿਹੜੀ ਸੁਰੱਖਿਆ ਵਾ ਇਸ ਨੂੰ ਜਿਹੜਾ ਵਾ ਧਿਆਨ ਵਿੱਚ ਰੱਖਿਆ ਜਾਏਗਾ ਜਦੋਂ ਸਰਕਾਰ ਬਣੀ ਹੈ। ਉਸ ਤੋਂ ਬਾਅਦ ਜਿਹੜਾ ਨਸ਼ਾ ਤਸਕਰ ਜਿਹੜੇ ਨੇ ਉਸੇ ਤਰ੍ਹਾਂ ਇਲਾਕੇ ਵਿੱਚ ਨਸ਼ਾ ਵੇਚ ਰਹੇ ਆ ਜੀ। ਜੰਡਿਆਲਾ ਗੁਰੂ ਦੀ ਜਿਹੜੀ ਇਹ ਕਲੋਨੀ ਹੈ ਬੱਸ ਸਟੈਂਡ ਦੇ ਬਿਲਕੁਲ ਨਾਲ ਹੈ ਜੀ, ਔਰ ਇਸ ਕਲੋਨੀ ਦੇ ਵਿੱਚ ਜਿਹੜਾ ਵਾ ਨਸ਼ਾ ਤਸਕਰਾਂ ਨੇ ਇੱਕ ਗੜ ਬਣਾਇਆ ਨਸ਼ਾ ਵੇਚਣ ਦਾ ਜੀ, ਜਿਸ ਨੂੰ ਜੰਡਿਆਲਾ ਗੁਰੂ ਵਿੱਚ ਨਸ਼ਿਆਂ ਦੀ ਜਿਹੜੀ ਯੂਨੀਵਰਸਿਟੀ ਵੀ ਕਿਹਾ ਜਾ ਰਿਹਾ ਹੈ ਜੀ। ਅਸੀਂ ਇਸ ਏਰੀਆ ਵਿੱਚ ਗਏ ਆ ਜੀ, ਜਾ ਕੇ ਦੇਖਿਆ 15 ਮਿੰਟਾਂ ਵਿੱਚ ਸਾਨੂੰ ਪੂਰੀ ਜਾਣਕਾਰੀ ਹੋ ਗਈ ਜੀ। ਸੰਜੀਵ ਜੀ, ਸੰਜੀਵ ਜੀ ਜਾਣਨਾ ਚਾਹਾਂਗਾ ਹੁਣ ਪੱਤਰਕਾਰ ਭਾਈਚਾਰਾ ਜਿਹੜਾ ਉੱਥੇ ਇਕੱਠਾ ਹੋਇਆ ਹੈ, ਇਹ ਕਿੰਨੀ ਵੱਡੀ ਗੱਲ ਹੈ ਜੇਕਰ ਪੱਤਰਕਾਰਾਂ ਨੂੰ ਪਤਾ ਕਿ ਨਸ਼ਾ ਵਿਕ ਰਿਹਾ ਹੈ ਤੇ ਕੀ ਇਸ ਬੰਦ ਵਿੱਚ ਪੁਲਿਸ ਨੂੰ ਜਾਣਕਾਰੀ ਨਹੀਂ ਹੈ ਕਿ ਇਲਾਕੇ ਵਿੱਚ ਨਸ਼ਾ ਵਿਕ ਰਿਹਾ ਜੀ? ਜੀ ਜ਼ਾਹਿਰ ਹੈ ਜੀ। ਸਰ ਜੀ ਸੰਜੀਵ ਜੀ, ਜਾਣਨਾ ਚਾਹਾਂਗਾ ਜਿਹੜਾ ਪੱਤਰਕਾਰ ਭਾਈਚਾਰਾ ਇਸ ਘਟਨਾ ਤੋਂ ਬਾਅਦ ਇਕੱਠਾ ਹੋਇਆ ਉਹਨਾਂ ਨੇ ਕੀ ਮੰਗੇ, ਉਹਨਾਂ ਕੀ ਮੰਗ ਹੈ ਉਹਨਾਂ ਦੀ? ਦੇਖੋ ਛੋਟੀ ਸਾਹਿਬ, ਮੈਂ ਬੇਨਤੀ ਕਰਦਾ ਜੀ, ਦੇਖੋ ਪੱਤਰਕਾਰਾਂ ਦੇ ਉੱਤੇ ਪੰਜਾਬ ਭਰ ਦੇ ਵਿੱਚ ਜਿਹੜੇ ਆ ਹਮਲੇ ਹੋ ਰਹੇ ਨੇ ਜੀ। ਇੱਕ ਜਿਹੜਾ ਪੱਤਰਕਾਰ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾਉਂਦਾ ਹੈ ਜੀ, ਔਰ ਲੋਕਾਂ ਦੀ ਜਿਹੜੀਆਂ ਖਬਰਾਂ ਨੇ ਜਿਹੜੀਆਂ ਪ੍ਰਸ਼ਾਸਨ ਤੱਕ ਲਗਾ ਪਹੁੰਚਾਉਂਦਾ ਹੈ, ਉਹਨਾਂ ਦੀ ਆਵਾਜ਼ ਨੂੰ ਪਹੁੰਚਾ ਕੇ ਉਹਨਾਂ ਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਇੱਕ ਪੱਤਰਕਾਰ ਆਪਣੇ ਘਰ ਵਿੱਚ ਸੁਰੱਖਿਅਤ ਨਹੀਂ ਹੈ ਜੀ, ਤੇ ਆਮ ਜਨਤਾ ਜਿਹੜੀ ਆ ਉਸਨੂੰ ਅਸੀਂ ਕਿਸ ਤਰ੍ਹਾਂ ਸੋਚ ਸਕਦੇ ਕਿ ਉਹ ਸੁਰੱਖਿਅਤ ਹੈ ਜੀ? ਜਦੋਂ ਕਿ ਲੋਕਡਾਊਨ ਪੂਰੇ ਭਾਰਤ ਵਿੱਚ ਲੱਗਿਆ ਹੋਇਆ, ਪੰਜਾਬ ਵਿੱਚ ਜਿਹੜੀ ਸਥਿਤੀ ਜਿਹੜੀ ਹੈ ਇਸ ਸਮੇਂ ਬਹੁਤ ਨਾਜ਼ੁਕ ਬਣੀ ਹੈ, ਲੱਖਾਂ ਲੋਕ ਜਿਹੜੇ ਨੇ ਜਾਨ ਗਵਾ ਚੁੱਕੇ ਆ ਜੀ, ਔਰ ਹਿੰਦੁਸਤਾਨ ਦੇ ਵਿੱਚ ਜਿਹੜਾ ਵਾ ਮਹਾਮਾਰੀ ਫੈਲਣ ਦੇ ਕਾਰਨ ਦੇਖੋ ਲੋਕਡਾਊਨ ਪੁਲਿਸ ਜਿਹੜੀ ਚੱਪੇ ਚੱਪੇ ਨੇ ਮੌਜੂਦ ਹੈ, ਫਿਰ ਵੀ ਨਸ਼ਾ ਤਸਕਰ ਨਸ਼ਾ ਵੇਚਣ ਵਿੱਚ ਆਪਣਾ ਜਿਹੜਾ ਉਹਨਾਂ ਨੂੰ ਕੋਈ ਵੀ ਉਹਨਾਂ ਦਾ ਰੁਕਿਆ ਨੀ ਉਹਨਾਂ ਦਾ ਕੰਮ,
ਉਸੇ ਤਰ੍ਹਾਂ ਨਸ਼ਾ ਵੇਚ ਰਹੇ ਨੇ। ਪਟਿਆਲੇ ਵਿੱਚ ਵੀ ਜਿਹੜਾ ਪੱਤਰਕਾਰ ਦੇ ਉੱਤੇ ਹਮਲਾ ਕੀਤਾ ਗਿਆ ਜੀ, ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਬਟਾਲੇ ਵਿੱਚ ਸਾਡੇ ਇੱਕ ਪੱਤਰਕਾਰ ਨੇ ਕੇਵਲ ਕਪੋਚ ਜੀ 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 ਉਹਨਾਂ ਦੇ ਉੱਤੇ ਉਹਨਾਂ ਉੱਪਰ ਵੀ ਗੋਲੀ ਚਲਾਈ ਗਈ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਵਾ ਉਲਟਾ ਪੁਲਿਸ ਨੇ ਪੱਤਰਕਾਰ ਦੇ ਉੱਤੇ ਪਰਚਾ ਰਜਿਸਟਰ ਕਰ ਦਿੱਤਾ ਜੀ ਜੀ, ਔਰ ਉੱਥੇ ਵੀ ਅਸੀਂ ਗੱਲ ਕੀਤੀ ਹੈ ਜਦਕਿ ਗੋਲੀਆਂ ਦੇ ਨਿਸ਼ਾਨ ਜਿਹੜੇ ਮੌਜੂਦ ਨੇ ਜਿਹੜੇ ਸਿੱਧੇ ਫਾਇਰ ਕੀਤੇ ਗਏ ਪੱਤਰਕਾਰ ਦੇ ਉੱਤੇ ਜੀ ਜੀ, ਔਰ ਨਿਸ਼ਾਨ ਦੇਖਣ ਦੇ ਬਾਵਜੂਦ ਵੀ ਜਿਹੜਾ ਵਾ ਉਲਟਾ ਪੱਤਰਕਾਰ ਨੂੰ ਧਮਕਾਇਆ ਜਾ ਰਿਹਾ, ਉੱਥੇ ਪੱਤਰਕਾਰ ਨੂੰ ਹਰਾਸਮੈਂਟ ਕੀਤੀ ਜਾ ਰਹੀ ਕਿ ਤੂੰ ਆਪਣੀ ਜਿਹੜੀ ਕੰਪਲੇਂਟ ਵਾਪਸ ਲੈ ਜੀ ਜੀ ਸਰ। ਔਰ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਅਸੀਂ ਕਿਸ ਤਰ੍ਹਾਂ ਸੋਚ ਸਕਦੇ ਕਿ ਪੱਤਰਕਾਰ ਜਿਹੜਾ ਵਾ ਦੂਸਰਿਆਂ ਨੂੰ ਇਨਸਾਫ਼ ਦਿਵਾਉਣ ਵਾਸਤੇ ਜਿਹੜਾ ਵਾ ਲੜੇਗਾ, ਔਰ ਕਿਸ ਤਰ੍ਹਾਂ ਪੱਤਰਕਾਰੀ ਕਰ ਸਕਦੇ ਜੀ। ਜੀ ਸੰਜੀਵ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਇਸ ਜਾਣਕਾਰੀ ਦੇਣ ਲਈ। ਜਵਾਬ ਇੱਥੇ ਸੀਗਾ ਕਿ ਤੁਸੀਂ ਜੇਕਰ ਪੁਲਿਸ ਦੀ ਮਦਦ ਚਾਹੁੰਦੇ ਜੇ ਤੇ ਤੁਸੀਂ ਜਿਹੜਾ ਵਾ 2 ਮਹੀਨਾ ਜਿਹੜੀ ਸੈਲਰੀ ਹੈ ਉਹ ਤੁਸੀਂ ਦੇ ਦੋ ਤੇ ਅਸੀਂ ਤੁਹਾਨੂੰ ਜਿਹੜਾ ਵਾ ਪੁਲਿਸ ਪ੍ਰੋਟੈਕਸ਼ਨ ਦੇ ਸਕਦੇ ਜੀ। ਜੀ ਤੁਸੀਂ ਦੱਸੋ ਇੱਕ ਪੱਤਰਕਾਰ ਜਿਹੜਾ ਵਾ ਪੁਲਿਸ ਨੂੰ ਜਿਹੜਾ ਵਾ ਤੁਸੀਂ ਦੱਸੋ ਕਿ ਆਪਣੇ ਜੇਬ ਚੋਂ ਪਾਕਟ ਚੋਂ ਦੇਗਾ, ਉਹਨਾਂ ਨੂੰ ਪੇਮੈਂਟ ਦੇਗਾ, ਉਹਨਾਂ ਦੀ ਤਨਖਾਹ ਭਰੇਗਾ, ਤਾਂ ਉਸ ਦੀ ਸੁਰੱਖਿਆ ਜਿਹੜੀ ਯਕੀਨੀ ਬਣਾਈ ਜਾ ਸਕਦੀ ਜੀ। ਜੀ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਜੀ ਇਸ ਸਮੇਂ ਤੇ। ਜੀ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸੰਜੀਵ ਜੀ, ਤੇ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਇਸ ਜਾਣਕਾਰੀ ਦੇਣ ਲਈ। ਸੋ ਇਹ ਸੀ ਸਾਡੇ ਪੱਤਰਕਾਰ ਸੰਜੀਵ ਪੂੰਜੀ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਸਾਨੂੰ ਜਾਣਕਾਰੀ ਦਿੱਤੀ। ਇਸ ਸੰਬੰਧੀ ਪੱਤਰਕਾਰ ਭਾਈਚਾਰੇ ਦਾ ਕੀ ਕਹਿਣਾ ਤੁਸੀਂ ਵੀ ਦੇਖੋ। ਕੀ ਨਾਮ ਸਰਦਾਰ ਸਾਹਿਬ ਤੁਹਾਡਾ? ਮੈਂ ਪੱਤਰਕਾਰ ਰਾਮ ਚਰਨਜੀਤ ਸਿੰਘ ਜੰਡਿਆਲਾ ਜੀ ਤੋਂ, ਜੋ ਪਿਛਲੇ ਕਰੀਬ 16-17 ਸਾਲਾਂ ਤੋਂ ਪੱਤਰਕਾਰੀ ਦੀ ਸੇਵਾ ਨਿਭਾ ਰਿਹਾ ਜੰਡਿਆਲਾ ਜੀ। ਕੀ ਘਟਨਾ ਹੋਈ? ਕੀ ਘਟਨਾ ਜੀ? ਕੱਲ੍ਹ ਰਾਤੀ ਟਾਈਮ ਤਕਰੀਬਨ 1 ਮਈ ਨੂੰ ਤਕਰੀਬਨ ਰਾਤ ਨੂੰ 9:30 ਦਾ ਟਾਈਮ ਸੀ। ਮੈਂ ਆਪਣੀ ਫੈਮਿਲੀ ਨਾਲ ਬੱਚਿਆਂ ਨਾਲ ਟੀ ਵੀ ਦੇਖ ਰਿਹਾ ਸਨ। ਮੇਰਾ ਜਿਹੜਾ ਮੇਨ ਗੇਟ ਆ ਉਹ ਖੁੱਲ੍ਹਾ ਸੀ ਅਤੇ ਗੇਟ ਦੇ ਨਾਲ ਹੀ ਨਸ਼ੇੜੀ ਕੱਦੂ ਜਿਹੜਾ ਸਮੈਕੀ ਆ ਨਾ ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਉਹ ਅਤੇ ਉਹਦੇ ਨਾਲ ਦਾ ਇੱਕ 7 ਵਾਰ ਦਾ ਲੜਕਾ ਸੀ, ਕੁਝ ਨਸ਼ੇ ਦਾ ਸੇਵਨ ਕਰਦੇ ਪਿਆ ਸਾ ਅਤੇ ਨਾਲ ਕੰਧ ਦੀ ਢੋ 'ਤੇ ਮੇਰਾ ਮੋਟਰਸਾਈਕਲ ਲੱਗਾ। ਮੈਂ ਸੋਚਿਆ ਕਿ ਤੁਹਾਨੂੰ ਚੁੱਕਣ ਦਾ ਕਰਕੇ ਜਾਂ ਮਤਲਬ ਕੋਈ ਦਾ ਹੋਰ ਕੋਈ ਚੀਜ਼ ਲੁੱਟਣ ਦਾ ਕਰਕੇ ਮਤਲਬ ਉਹ ਖਲੋਤੇ ਪਏ ਨੇ, ਅਤੇ ਮੈਂ ਉਹਨਾਂ ਨੂੰ ਇਸੇ ਗੱਲ ਤੋਂ ਡੱਕਿਆ। ਉਹਨਾਂ ਨੇ ਮੈਨੂੰ ਤੋਤੀ ਬਦਮਾਸ਼ ਜੰਡਿਆਲੇ ਦਾ ਜਿਹੜਾ ਬਹੁਤ ਵੱਡਾ ਨਸ਼ੇ ਦਾ ਸਮਗਲਰ ਜਿਹਨੂੰ ਮੈਂ ਕਹਿ ਸਕਦਾ ਵਾਂ, ਸਾਡਾ ਜੰਡਿਆਲਾ ਕਿ ਲਾਗੇ ਬੰਨੇ ਪਿੰਡਾਂ ਵਿੱਚ ਵੀ ਉਹਦਾ ਨਾਂ ਚੱਲਦਾ ਵਾ, ਉਹਦੇ ਪਰਿਵਾਰ ਵਿੱਚੋਂ ਆਪਣੇ ਆਪ ਨੂੰ ਦੱਸ ਕੇ ਮੇਰੇ ਗੱਲ ਪੈ ਗਏ, ਅਤੇ ਜਿਹੜੇ ਪੂਰਾ ਮਹੱਲਾ ਆਂਢ ਗੁਆਂਢ ਮਰਪੀ ਆ ਚੀਜ਼ ਦਾ ਦਬਾਅ ਨੇ। ਇਸ ਸੰਬੰਧੀ ਤੁਸੀਂ ਕੋਈ ਪੁਲਿਸ ਨੂੰ ਇਤਲਾਹ ਦਿੱਤੀ ਕੋਈ? ਜੀ ਹਾਂ, ਆਹ ਗੱਲ ਤਕਰੀਬਨ 9:30 ਦੀ ਗੱਲਬਾਤ, ਲੜਾਈ ਝਗੜਾ ਹੋਣ ਦੇ ਕਰਕੇ ਫਿਰ ਪੁਲਿਸ ਨੂੰ ਮੈਂ ਜਾਣਕਾਰੀ ਦਿੱਤੀ। ਪੁਲਿਸ ਵੱਲੋਂ 2 ਮੁਲਾਜ਼ਮ ਭੇਜੇ ਗਏ ਗੱਡੀ ਸਮੇਤ, ਉਹਨਾਂ ਨੂੰ ਫਿਰ ਮੌਕੇ 'ਤੇ ਉਹ ਜਿਹੜੇ 2 ਲੜਕੇ ਸੀ ਕੱਦੂ ਤੋਤੀ ਦੇ ਪਰਿਵਾਰ ਵਿੱਚੋਂ, ਅਤੇ ਇੱਕ 7 ਵਾਰਡ ਦਾ ਉਹਦਾ ਨਾਮ ਹੀ ਮੈਨੂੰ ਪਤਾ, ਉਹ ਮੈਂ ਉਹਨਾਂ ਪੁਲਿਸ ਨੂੰ ਮਤਲਬ ਉਹਨਾਂ ਨੂੰ ਗ੍ਰਿਫਤਾਰ ਕਰਾ ਦਿੱਤਾ। ਪਰ ਉਹਨਾਂ ਨੂੰ ਗ੍ਰਿਫਤਾਰ ਕਰਾਉਣ ਤੋਂ ਬਾਅਦ ਫਿਰ ਮੈਂ ਆਪਣੇ ਵੱਲੋਂ ਹੀ ਕਾਨੂੰਨੀ ਕਾਰਵਾਈ ਕਰਨ ਦਾ ਕਰਕੇ ਥਾਣੇ ਕੰਪਲੇਨ ਦਿੱਤੀ। ਥਾਣੇ ਕੰਪਲੇਨ ਦੇ ਕੇ ਮੈਂ ਘਰ ਆਇਆ ਤਕਰੀਬਨ 11:00 ਦੇ ਕਰੀਬ। ਮੈਂ ਆਪਣੇ ਘਰ ਪਰਿਵਾਰ ਵਿੱਚ ਪੂਰੇ ਬੈਠੇ ਗੱਲਾਂ ਬਾਤਾਂ ਕਰਦੇ, ਸੌਣ ਦੀ ਰਾਤ ਪੈ ਗਈ, ਸੌਣ ਦੀ ਤਕਰੀਬਨ ਤਿਆਰੀ ਕਰਦੇ ਪਏ ਸਾਂ। ਪਰ ਇੰਨੇ ਸਮੇਂ ਦੇ ਵਿੱਚ 12 ਵੱਜ ਗਏ, 5 ਮਿੰਟ ਘੱਟ 12 ਜਾਂ 12 ਵਜੇ ਦਾ ਟਾਈਮ ਹੋ ਗਿਆ, ਉਹੀ ਜਿਹੜੇ 2 ਲੜਕੇ ਸਮੈਕੀਏ ਨਸ਼ੇੜੀਏ ਕੱਦੂ ਤੋਤੀ ਦਾ ਭਰਾ ਅਤੇ 7 ਵਾਰਡ ਵਾਲਾ ਲੜਕਾ ਪਲੱਸ 20 ਤੋਂ 25 ਦੇ ਕਰੀਬ ਕਰੀਬ ਮੁੰਡੇ ਲੜਕੇ ਜਨਾਨੀਆਂ ਜਿਹੜੇ ਤੋਤੀ ਦਾ ਸਮੂਹ ਪਰਿਵਾਰ ਸੀ, ਉਹਨਾਂ ਦੇ ਹੱਥਾਂ ਵਿੱਚ ਕਿਰਚਾਂ ਕਿਰਪਾਨ ਡੰਡੇ ਬੇਸਬੋਲ ਹੋਰ ਜਿਹੜੇ ਮਤਲਬ ਜਾਨੀ ਮਾਰਨ ਵਾਸਤੇ ਜਿਹੜੇ ਤੇਜ਼ ਤਾਰ ਹਥਿਆਰ ਸਨ ਉਹ ਸਾਡੇ ਘਰ ਮਤਲਬ ਆ ਗਏ। ਸਾਡੇ ਘਰ ਦੇ 2 ਦਰਵਾਜ਼ੇ ਨੇ, ਦੋਵਾਂ ਦਰਵਾਜ਼ੇ ਨੂੰ ਉਹਨਾਂ ਤੋੜ ਭੰਨਣ ਦੀ ਕੋਸ਼ਿਸ਼ ਕੀਤੀ, ਅਤੇ ਨਾਲ ਜਿਹੜੇ ਆ ਇੱਟਾਂ ਦੇ ਰੋੜੇ ਪਏ ਹੁੰਦੇ ਆ ਉਹਨਾਂ ਨੇ ਮਤਲਬ ਕੋਠੇ ਦੇ ਉੱਤੋਂ ਦੀ ਸਾਡੇ ਘਰ ਸੁੱਟੇ, ਜਿਹਦੇ ਵਿੱਚ ਸਾਡੇ ਬੱਚੇ ਪਰਿਵਾਰ ਮਤਲਬ ਸੌਂ ਰਹੇ ਸਾ। ਪਰਮਾਤਮਾ ਦੀ ਕਿਰਪਾ ਨਾਲ ਬਚਾਅ ਹੋ ਗਿਆ। ਪਰ ਉਹਨਾਂ ਨੇ ਜਿਹੜੇ ਤਰੀਕੇ ਨਾਲ ਸਾਡੇ ਹਮਲਾ ਕੀਤਾ ਬਹੁਤ ਹੀ ਜਾਨਲੇਵਾ, ਅਤੇ ਇਰਾਦਾ ਸਮਝੀਏ ਮਤਲਬ ਉਹਨਾਂ ਨੇ ਇਰਾਦੇ ਕਤਲ ਦੀ ਸੋਚ ਨਾਲ ਆਏ ਸੀ ਵੀ ਰਾਮ ਸ਼ਰਨ ਨੂੰ ਅੱਜ ਮਾਰ ਦੇਣਾ ਵਾ ਜਿਹੜਾ ਨਸ਼ਾ ਦੇ ਖਿਲਾਫ਼ ਬੋਲਦਾ ਵਾ। ਤੁਸੀਂ ਕੀ ਸਮਝਦੇ ਹੋ ਇਹਦੇ ਵਿੱਚ ਕੋਈ ਸਿਆਸੀ ਕਿਸੇ ਕੋਈ ਲੋਕਾਂ ਦਾ ਕੋਈ ਇਹਦੇ ਵਿੱਚ ਹੱਥ ਹੋ ਸਕਦਾ ਵਾ? ਵੇਖੋ ਜੀ, ਮੈਂ ਕਹੂੰਗਾ ਮਿਲੀ ਭੁਗਤ ਕੁਝ ਹੋ ਸਕਦੀ ਹੈ ਜੀ। ਸਿਆਸੀ ਜਿਹੜਾ ਹੈਗਾ ਵਾ ਦਬਾਅ
ਜਾਂ ਕੋਈ ਮੇ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਆਹ ਕੰਮ ਹੁੰਦੇ ਪਏ, ਜਿਹੜੇ ਨਸ਼ੇ ਅੱਜ ਤੱਕ ਬੰਦ ਨਹੀਂ ਹੁੰਦੇ ਹੈਗੇ। ਅੱਜ ਕੈਪਟਨ ਸਾਹਿਬ ਨੂੰ ਖੁਦ ਚਾਹੀਦਾ ਵਾ, ਜਿਹੜੇ ਮਤਲਬ ਕਿ ਕਹਿੰਦੇ 3 ਹਫ਼ਤਿਆਂ ਵਿੱਚ ਨਸ਼ਾ ਬੰਦ ਕੀਤਾ ਜਾਊਗਾ। ਜੰਡਿਆਲਾ ਗੁਰੂ ਸ਼ੇਖਪੁਰਾ ਮਹੱਲਾ ਵਾ ਜਿਹੜਾ ਨਸ਼ਿਆਂ ਦੀ ਯੂਨੀਵਰਸਿਟੀ ਬਣ ਚੁੱਕਿਆ ਵਾ, ਲੋਕੀ ਮਤਲਬ ਵਿੱਦਿਆ ਪ੍ਰਦਾਨ ਕਰਨ ਵਾਸਤੇ ਯੂਨੀਵਰਸਿਟੀ ਕਹਿੰਦੇ ਫਲਾਨੀ ਯੂਨੀਵਰਸਿਟੀ। ਹੁਣ ਤੱਕ ਪੁਲਿਸ ਵੱਲੋਂ ਤੁਹਾਨੂੰ ਕੋਈ ਪ੍ਰੋਟੈਕਸ਼ਨ ਵਗੈਰਾ ਦਿੱਤੀ ਗਈ ਹੈ ਜਿਹੜਾ ਹਮਲਾ ਹੋਣ ਤੋਂ ਬਾਅਦ ਵੀ? ਨਹੀਂ, ਇੱਦਾਂ ਦੀ ਕੋਈ ਨਹੀਂ ਦਿੱਤੀ ਗਈ। ਕੋਈ ਫੋਨ ਵਗੈਰਾ ਆਇਆ? ਨਹੀਂ, ਕੋਈ ਨਹੀਂ ਮਤਲਬ ਆਇਆ। ਮੈਂ ਕੰਪਲੇਂਟ ਦਿੱਤੀ ਹੈ ਪੁਲਿਸ ਨੂੰ ਅਤੇ ਕਹਿੰਦੇ ਇਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਊ। ਜੀ, ਮੈਂ ਪੱਤਰਕਾਰ ਮੰਗਲਦੀਪ ਸਿੰਘ, ਔਰ ਕੱਲ੍ਹ ਦੀ ਜੋ 1 ਮਈ ਦੀ ਗੱਲ ਕਰਦੇ ਹਾਂ, ਜੋ ਰਾਮ ਸ਼ਰਨਜੀਤ ਸਿੰਘ ਪੱਤਰਕਾਰ ਜੀ ਦੇ ਘਰ 20 ਤੋਂ 25 ਬੰਦੇ ਹਥਿਆਰਾਂ ਸਮੇਤ, ਤਲਵਾਰਾਂ ਕਿਰਚਾਂ ਦੇ ਸਮੇਤ, ਜੋ ਇੱਟਾਂ ਵੱਟੇ, ਜੋ ਰਾਤ ਦਾ ਮੰਜ਼ਰ ਅਸੀਂ ਦੇਖਿਆ, ਉਹ ਬਹੁਤ ਹੀ ਮੰਦਭਾਗਾ ਆਪਾਂ ਕਹਿ ਸਕਦੇ ਹਾਂ। ਕਿਉਂ ਕੀਤਾ ਇਹ ਸਾਰਾ, ਮੈਂ ਉਹਦੇ ਬਾਰੇ ਤੁਹਾਨੂੰ ਥੋੜ੍ਹਾ ਦੱਸਣਾ ਚਾਹਾਂਗਾ। ਇਹ ਗੱਲ ਕੀਤੀ ਗਈ ਹੈ ਕਿਉਂਕਿ ਇਹ ਬੋਲੇ ਨੇ ਨਸ਼ਿਆਂ ਦੇ ਖਿਲਾਫ਼। ਨਸ਼ੇ ਦਾ ਬਹੁਤ ਵੱਡਾ ਮੁੱਦਾ ਹੈ ਜੋ ਜੰਡਿਆਲਾ ਗੁਰੂ ਦੇ ਵਿੱਚ ਹੈਗਾ ਵਾ। ਧੋਤੀ ਬਦਮਾਸ਼ ਦੇ ਨਾਂ ਦੇ ਕਰਕੇ ਕੋਈ ਇੱਥੇ ਬੰਦਾ ਵਾ ਜਿਹੜਾ ਕਿ ਨਸ਼ਾ ਪੂਰਾ ਸਪਲਾਈ ਕਰ ਰਿਹਾ ਹੈ ਜੰਡਿਆਲਾ ਗੁਰੂ ਦੇ ਵਿੱਚ, ਉਹਨਾਂ ਦਾ ਪਰਿਵਾਰ ਸਾਰਾ ਇਨਵੋਲਵ ਹੈਗਾ। ਔਰ ਮੈਂ ਚਾਹੁੰਦਾ ਕਿ ਮਤਲਬ ਇਹਨਾਂ ਨੂੰ ਜਿਹੜਾ ਨਸ਼ੇ ਨੂੰ ਇੱਕ ਠੱਲ ਪਾਈ ਜਾਵੇ। ਆਪਣੇ ਪ੍ਰਸ਼ਾਸਨ ਤੱਕ ਇਹ ਮੰਗ ਪਹੁੰਚਾਉਣਾ ਚਾਹੁੰਦਾ ਵਾਂ ਮੀਡੀਆ ਦੇ ਦੁਆਰਾ, ਕਿਉਂਕਿ ਅਸੀਂ ਖੁਦ ਇੱਕ ਪੱਤਰਕਾਰ ਹਾਂ। ਅਗਰ ਪੱਤਰਕਾਰਾਂ ਦੇ ਹਮਲੇ ਹੋਣੇ ਸ਼ੁਰੂ ਹੋ ਗਏ ਤਾਂ ਆਮ ਬੰਦਾ ਤਾਂ ਕੋਈ ਬੋਲੇਗਾ ਹੀ ਨਹੀਂ। ਤਾਂ ਮੈਂ ਸਾਰੇ ਆਪਣੇ ਜਿਹੜੇ ਹੈਗੇ ਆ ਲੋਕਾਂ ਤੱਕ ਇਹ ਆਪਣੀ ਜਿਹੜੀ ਆਵਾਜ਼ ਉਠਾਉਣਾ ਚਾਹੁੰਦਾ ਕਿ ਜਿਹੜਾ ਨਸ਼ੇ ਦੇ ਜਿੰਨਾ ਵੀ ਹੈਗਾ ਵਾ ਇਹਨੂੰ ਠੱਲ ਪਾਈ ਜਾਵੇ। ਬਾਕੀ ਪੱਤਰਕਾਰ ਰਾਮ ਸ਼ਰਨਜੀਤ ਸਿੰਘ ਜੀ ਨੂੰ ਜਿਹੜਾ ਹੈਗਾ ਵਾ ਇਨਸਾਫ ਦਿਲਾਇਆ ਜਾਵੇ। ਕੁਛ ਚੋਟਾਂ ਵੀ ਆਈਆਂ ਨੇ ਜਿਸ ਦਾ ਮੈਡੀਕਲ ਵੀ ਕਰਵਾਇਆ ਗਿਆ, ਔਰ ਅਸੀਂ ਐਸੋਸੀਏਸ਼ਨ ਵੱਲੋਂ ਜੋ ਵੀ ਇਹ ਘਟਨਾ ਹੋਈ ਆ ਉਹਦੀ ਅਸੀਂ ਨਿੰਦਿਆ ਕਰਦੇ ਹਾਂ। ਔਰ ਪੁਲਿਸ ਪ੍ਰਸ਼ਾਸਨ ਨੇ ਜੋ ਵੀ ਹੁਣ ਤੱਕ ਕਾਰਵਾਈ ਕੀਤੀ ਹੈ ਉਹ ਐਡੀ ਅਸੀਂ ਉਸ ਕਾਰਵਾਈ ਤੋਂ ਨਹੀਂ ਸੰਤੁਸ਼ਟ ਨਹੀਂ ਹੈਗੇ, ਕਿਉਂਕਿ ਜਿਹੜੇ ਦੋਸ਼ੀ ਵਿਅਕਤੀ ਨੇ ਅਜੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈਗੇ ਆ। 188, 269, 323, 506 ਔਰ ਵਾਧਾ ਜੁਰਮ 452, 270, 271 ਦੇ ਅਧੀਨ ਪਰਚਾ ਰਜਿਸਟਰਡ ਕੀਤਾ ਗਿਆ। ਔਰ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਦੋਸ਼ੀ ਵਿਅਕਤੀ ਸੀਗੇ ਇਹਨਾਂ ਦਾ ਇੱਥੋਂ ਜਿਹੜਾ ਹੈਗਾ ਵਾ ਨਸ਼ਾ ਵੇਚਣ ਦਾ ਮੇਨ ਇਹਨਾਂ ਦਾ ਕਾਰੋਬਾਰ ਆ। ਔਰ ਇੱਥੇ ਪਤਾ ਲੱਗਾ ਆਣ ਕੇ ਸਾਨੂੰ ਕਿ ਇਹ ਇਲਾਕਾ ਜਿਹੜਾ ਵਾ ਨਸ਼ਿਆਂ ਦਾ ਗੜ੍ਹ ਬਣ ਚੁੱਕਿਆ ਹੈ, ਜਿੱਥੇ ਨਸ਼ੇ ਵੇਚਣ ਵਾਲੇ ਜਿਹੜੇ ਆਮ ਘੁੰਮਦੇ ਰਹਿੰਦੇ ਨੇ। ਮੈਂ ਸਮਝਦਾ ਕਿ ਜੇਕਰ ਸਾਨੂੰ ਇੱਥੇ ਆਣ ਕੇ ਪਤਾ ਲੱਗਿਆ ਕੁਛ ਪਲਾਂ ਵਿੱਚ, ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਜ਼ਰੂਰ ਪਤਾ ਹੋਏਗਾ ਕਿ ਇਸ ਏਰੀਆ ਵਿੱਚ ਨਸ਼ਾ ਵਿਕ ਰਿਹਾ। ਔਰ ਇਸ ਤਰ੍ਹਾਂ ਦਾ ਜਿਹੜਾ ਨਸ਼ਾ ਜਿਸ ਤਰ੍ਹਾਂ ਵਿਕ ਰਿਹਾ ਹੈ, ਸਰਕਾਰ ਵੱਲੋਂ ਪਹਿਲਾਂ ਵੀ ਜਦੋਂ ਸਰਕਾਰ ਬਣੀ ਹੈ ਇਹਨਾਂ ਨੇ ਕਿਹਾ ਸੀਗਾ ਕਿ ਨਸ਼ੇ ਬੰਦ ਕਰਾਏ ਜਾਣਗੇ। ਜੇਕਰ ਸਾਨੂੰ 10-15 ਮਿੰਟਾਂ ਵਿੱਚ ਪਤਾ ਲੱਗਾ ਕਿ ਇੱਥੇ ਨਸ਼ਾ ਵਿਕਦਾ ਹੈ, ਅਤੇ ਜਿਹੜਾ ਵਾ ਇੱਥੋਂ ਦੇ ਜਿਹੜੇ MLA ਨੇ ਜਾਂ ਇੱਥੋਂ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਕਿ ਇੱਥੇ ਨਸ਼ਾ ਵਿਕ ਰਿਹਾ। ਔਰ ਪੱਤਰਕਾਰੀ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿਹੜੇ ਪੱਤਰਕਾਰਾਂ ਦੇ ਉੱਤੇ ਹਮਲੇ ਕਰ ਰਹੇ ਨੇ ਜਾਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਕਿਉਂਕਿ ਇਹ ਖਬਰਾਂ ਵੀ ਲਗਾਉਂਦੇ ਨੇ, ਆਮ ਜਨਤਾ ਨੂੰ ਇਨਸਾਫ ਦਿਵਾਉਣ ਵਾਸਤੇ ਇੱਕ ਪੱਤਰਕਾਰ ਲੜਦਾ, ਔਰ ਅੱਜ ਉਹ ਸੁਰੱਖਿਅਤ ਨਹੀਂ ਗਾ, ਅਤੇ ਇਹ ਬਹੁਤ ਹੀ ਮਾੜੀ ਗੱਲ ਆ। ਪ੍ਰਸ਼ਾਸਨ ਕੋਲ ਤੁਸੀਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਕੋਲ ਇਹ ਵੀ ਸਾਨੂੰ ਇਨਸਾਫ ਦਵਾਇਆ ਜਾਵੇ, ਨਾਲ ਸਾਰੇ ਸਾਡੇ ਘਰ ਦੇ ਕਾਰਵਾਈ ਕੀਤੀ ਗਈ ਹੁਣ ਤੁਹਾਡੇ ਉਹਦੇ ਸੰਬੰਧੀ? ਜਦੋਂ ਵੀ ਇਹਨੇ ਰਾਤ ਹੀ ਜਾ ਕੇ ਦਰਖਾਸਤ ਦਿੱਤੀ ਆ ਦੋਵਾਂ ਬੰਦਿਆਂ ਦੇ ਖਿਲਾਫ਼ ਜੀ, ਜਿਹੜੀ ਇਹਦੀ ਦਰਖਾਸਤ ਦੇ ਮੁਤਾਬਕ ਜਿਹੜੀਆਂ ਧਾਰਾ ਬਣਦੀਆਂ ਸੀ ਉਹ ਧਾਰਾ ਲਾ ਕੇ ਰਾਤ ਹੀ ਮੁਕਦਮਾ ਦਰਜ ਕਰਤਾ। ਇਸ ਸੰਬੰਧੀ ਉਹਨਾਂ ਦਾ ਕਹਿਣਾ ਵਾ ਕਿ ਹੁਣ ਤੱਕ ਜੋ ਕਿ ਕਾਰਵਾਈ ਉਹਨਾਂ ਦੇ ਇੱਕ ਜੋ ਕਹਿ ਸਕਦੇ ਹਾਂ ਕਿ ਉਹਨਾਂ ਦੀ ਤਸੱਲੀ ਬਖਸ਼ ਨਹੀਂ ਹੋਈ, ਉਸ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ? ਤਸੱਲੀ ਬਖਸ਼ ਕਿਉਂ ਨਹੀਂ ਹੋਈ ਜੀ? ਤਸੱਲੀ ਬਾਅਦ ਉਹਦਾ ਤਰਤੀਮਾ ਬਿਆਨ ਲਿਖ ਕੇ ਜਿਹੜੀ ਦੁਬਾਰਾ ਉਹਦੀ ਦਰਖਾਸਤ ਤੋਂ ਬਾਅਦ ਆ ਜੋ ਵੀ ਉੱਤੇ ਹਮਲਾ ਕੀਤਾ ਜੋ ਵੀ ਕੀਤਾ ਵਾ ਧਾਰਾ 452, 500, 270, 271 ਦਾ ਵਾਧਾ ਕਰਤਾ ਵਾ, 20-25 ਬੰਦਿਆਂ 'ਤੇ ਹੋਰ ਮੁਕੱਦਮਾ ਦਰਜ ਕਰਤਾ ਵਾ, ਆਪਣੇ ਰਫਟ ਪਾਤੀ ਆ, ਜਿਹੜੇ ਉਹਨੇ ਬਾਈ ਨੇਮ ਦੱਸੇ ਅਤੇ ਬਾਈ ਨੇਮ ਪਾਤੀ ਆ, ਰੇਡ ਜਾਰੀ ਆ, ਹੁਣ ਦੋਸ਼ੀ ਘਰ ਦੇ ਵਿੱਚ ਨਹੀਂ ਹਾਜ਼ਰ, ਹੋਰ ਉਹਦੀ ਤਸੱਲੀ ਕਿਵੇਂ ਹੋ ਸਕਦੀ ਆ? ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਨੇ ਹਮਲਾ ਕੀਤਾ ਸੀ ਪਹਿਲਾਂ ਦੋ ਜਿਹੜੇ ਬੰਦੇ ਤੁਹਾਨੂੰ ਫੜਾਏ ਸੀ ਪਹਿਲਾਂ ਫੜਾਏ, ਜੋ ਇਹਦੀ ਦਰਖਾਸਤ ਦੇ ਮੁਤਾਬਕ ਜੁਰਮ ਮੁਕਾਬਲੇ, ਜੋ ਉਹਦੀ ਦਰਖਾਸਤ ਦੇ ਮੁਤਾਬਕ ਜੁਰਮ ਮੁਕਾਬਲੇ ਜੁਰਮ ਬਣਦਾ ਸੀ, ਕਿਉਂ ਸਾਨੂੰ ਰਿਹਾਅ ਕਰਨੇ ਪੈਣੇ ਸੀ ਅਤੇ ਉਹਨਾਂ ਨੇ ਆ ਕੇ ਹਮਲਾ ਕਰਤਾ? ਇਹ ਨਹੀਂ ਹੁਣ ਕਿਹਾ ਜਾ ਸਕਦਾ ਇਹਨਾਂ ਦੀ ਕੀ ਰੰਜਿਸ਼ ਆ, ਇਹਦੇ ਰੰਜਿਸ਼ ਦਾ ਬਾਅਦ 'ਚ ਤਸਦੀਕ ਕਰਾਂਗੇ ਕਾਹਦੀ ਰੰਜਿਸ਼, ਇਹਨਾਂ ਦੀ ਆਪਸ ਵਿੱਚ ਕਿਉਂ ਹਮਲਾ ਕੀਤਾ ਇੱਥੇ।
नहीं उन्होंने कहना सीगा कि पहले उन्होंने गिरफ़्तार करन तो बाद उन्होंने छड़न तो बाद उन्हां ही व्यक्तियों वालों उन्होंने जिहड़ा हमला किया गया वा वो कारण की सीगा इन्नी जल्दी उन्होंने छड़न दा जबकि समा जदों आपां जुर्म मेरी गल सुनो जिहड़े जुर्म काबले जुर्म आ किहड़े बंदे नूं आपां बिना रिहासत च रख सकते हैं दसो जो जी दरखास्त के मुताबिक जुर्म बनता ही वो लाया ਤੁਸੀਂ ਦੇਖ ਸਕਦੇ ਹੋ ਕਿ ਇੱਕ ਪੱਤਰਕਾਰ ਦਾ ਤੇ ਇੱਕ ਪੁਲਿਸ ਪ੍ਰਸ਼ਾਸਨ ਦਾ 9 ਮਾਸ ਦਾ ਇਸ ਤਰ੍ਹਾਂ ਰਿਸ਼ਤਾ ਵਾ ਜੋ ਕਿ ਜੇ ਮੇਰੀ ਗੱਲ ਸੁਣੋ ਇਹਦੀ ਦਰਖਾਸਤ ਮਿਲ ਤੇ ਤੁਰੰਤ ਮੁਕਦਮਾ ਨਹੀਂ ਉਹਨਾਂ ਦੇ ਖਿਲਾਫ ਦਰਜ ਹੋਇਆ ਤੇ ਫਿਰ ਦੱਸੋ ਜੀ ਬਿਲਕੁਲ ਸਰ ਮੈਂ ਸਵਾਲ ਕਰ ਰਿਹਾ ਸੀਗਾ ਕਿ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੱਤਰਕਾਰ ਜੋ ਕਿ ਇੱਕ ਸਥੰਭ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਉੱਪਰ ਇੱਕ ਹਮਲਾ ਕੀਤਾ ਗਿਆ ਵਾ ਅਤੇ ਪੁਲਿਸ ਵੱਲੋਂ ਕੋਈ ਉਹਨਾਂ ਨੂੰ ਕੋਈ ਪ੍ਰੋਟੈਕਸ਼ਨ ਦਿੱਤੀ ਜਾਣੀ ਚਾਹੀਦੀ ਸੀਗੀ ਇਸ ਸੰਬੰਧ ਵਿੱਚ ਉਹਨਾਂ ਨੇ ਵੀ ਮੰਗ ਕੀਤੀ ਸੀਗੀ ਮੈਨੂੰ ਕੋਈ ਪ੍ਰੋਟੈਕਸ਼ਨ ਨਹੀਂ ਦਿੱਤੀ ਗਈ ਇਸ ਦੇਖੋ ਜੀ ਪ੍ਰੋਟੈਕਸ਼ਨ ਦਿੱਤੀ ਗਈ ਉਹ ਮੇਰੇ ਸੀਨੀਅਰ ਅਫਸਰਾਂ ਦੇਣੀ ਆ ਇਹਨਾਂ ਦੋ ਤਨਖਾਹਾਂ ਜਮ੍ਹਾਂ ਕਰਾ ਦੇਣਾ ਜੇ ਪੁਲਿਸ ਪ੍ਰਸ਼ਾਸਨ ਦਿੰਦਾ ਉੱਚ ਅਫਸਰ ਦਿੰਦੇ ਗਨਮੈਨ ਅਤੇ ਉਹਨਾਂ ਨੂੰ ਗਨਮੈਨ ਦੇ ਦੇਵਾਂਗੇ ਓਕੇ ਔਰ ਜੋ ਘਰ ਦਾ ਉਹਨਾਂ ਦਾ ਜਿਹੜਾ ਮਾਹੌਲ ਆ ਬਹੁਤ ਹੀ ਇਲਾਕੇ ਵਿੱਚ ਉਹਨਾਂ ਦਾ ਕਹਿਣਾ ਵਾ ਕਿ ਜੋ ਨਸ਼ੇ ਦਾ ਜਿਹੜਾ ਵਪਾਰ ਆ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਵਾ ਅਤੇ ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧੀ ਸਾਨੂੰ ਤਾਂ ਇਹਨਾਂ ਨੇ ਰਾਤੀ ਘਰ ਦੱਸਿਆ ਵਾ ਇਸ ਸੰਬੰਧੀ ਜੇ ਹੁਣ ਦੱਸਣਗੇ ਜਿਉਂ ਤਲਾਹ ਮਿਲੂਗੀ ਉਹਨਾਂ ਦੇ ਖਿਲਾਫ਼ ਕਾਬੂ ਕਰਕੇ ਜਦੋਂ ਵੀ ਉਹਨਾਂ ਕੋਲ ਬਰਾਮਦਗੀ ਹੋਈ ਉਸੇ ਮੁਕਦਮਾ ਦਰਜ ਕਰਕੇ ਉਹਨਾਂ ਜੇਲ੍ਹ 'ਚ ਭੇਜਿਆ ਜਾਏਗਾ ਇਲਾਕਾ ਨਿਵਾਸੀ ਦਾ ਵੀ ਕਹਿਣਾ ਕਿ ਪਹਿਲੇ ਵੀ ਬਹੁਤ ਵਾਰ ਉਹਨਾਂ ਵੱਲੋਂ ਤੁਹਾਨੂੰ ਕੰਪਲੇਂਟ ਜੋ ਦਿੱਤੀ ਗਈ ਇਲਾਕੇ ਵਿੱਚ ਕੁਛ ਇੱਦਾਂ ਦੇ ਉਹਨਾਂ ਨਾਲ ਲਿਖਤੀ ਕੰਪਲੇਂਟ ਦਿੱਤੀ ਆ ਅਤੇ ਨਾ ਜ਼ਬਾਨੀ ਦੱਸਿਆ ਇਹਨਾਂ ਨੇ ਸੋ ਦੋਸਤੋ ਤੁਸੀਂ ਵੀ ਦੇਖਿਆ ਕਿ ਕਿਵੇਂ ਬੀਤੀ ਰਾਤ ਇੱਕ ਪੱਤਰਕਾਰ ਅਤੇ ਅੰਮ੍ਰਿਤਸਰ ਦੇ ਵਿੱਚ ਉਸਦੇ ਘਰ ਵੜ ਕੇ ਹਮਲਾ ਕੀਤਾ ਗਿਆ ਅਤੇ ਉਸਦੇ ਘਰ ਦੇ ਜਿਹੜੇ ਵਿੱਚ ਰੋੜੇ ਇੱਟਾਂ ਨਾਲ ਚਲਾਏ ਗਏ ਅਤੇ ਸਾਰੀ ਘਟਨਾ ਜਿਹੜੀ ਕਿ CCTV ਕੈਮਰੇ ਵਿੱਚ ਕੈਦ ਵੀ ਹੋਈ ਹੈ ਪਰ ਦੋਸਤੋ ਇੱਥੇ ਸੋਚਣ ਵਾਲੀ ਗੱਲ ਹੈ ਕਿ ਇਹ ਇਕੱਲੀ ਅੰਮ੍ਰਿਤਸਰ ਦੀ ਗੱਲ ਨਹੀਂ ਹੈ ਜਦ ਦਾ ਲੋਕਡਾਊਨ ਚੱਲਿਆ ਜਿਵੇਂ ਕਿ ਅਸੀਂ ਸਾਰੇ ਕਹਿੰਦੇ ਹਾਂ ਵੀ ਜਿਹੜਾ ਮੀਡੀਆ ਉਹ ਚੌਥਾ ਸਤੰਭ ਮੰਨਿਆ ਜਾਂਦਾ ਹੈ ਜਿਵੇਂ ਪੁਲਿਸ ਪ੍ਰਸ਼ਾਸਨ ਸਿਹਤ ਵਿਭਾਗ ਦੇ ਕਰਮਚਾਰੀ ਆਪਣੀਆਂ ਆਪਣੀਆਂ ਡਿਊਟੀਆਂ ਨਿਭਾ ਰਹੇ ਹੈ ਇੱਦਾਂ ਹੀ ਪੱਤਰਕਾਰ ਭਾਈਚਾਰਾ ਵੀ ਤੁਹਾਡੇ ਤੱਕ ਘਰਾਂ ਤੱਕ ਖਬਰਾਂ ਪਹੁੰਚਾਉਣ ਲਈ ਆਪਣੀ ਜ਼ਿੰਦਗੀ ਨੂੰ ਜੋਖਿਮ ਵਿੱਚ ਪਾਉਂਦਾ ਹੈ ਅਤੇ ਜਦੋਂ ਪੱਤਰਕਾਰ ਭਾਈਚਾਰੇ ਵੱਲੋਂ ਜਦੋਂ ਵੀ ਕਿਸੇ ਵੱਡੇ ਨਸ਼ਾ ਤਸਕਰ ਦਾ ਖੁਲਾਸਾ ਕੀਤਾ ਜਾਂਦਾ ਹੈ ਤਾਂ ਉਹ ਨਸ਼ਾ ਤਸਕਰ ਪੁਲਿਸ ਦੇ ਤਾਂ ਛੁੱਟ ਜਾਂਦੇ ਨੇ ਅਤੇ ਉਲਟਾ ਪੱਤਰਕਾਰਾਂ 'ਤੇ ਹੀ ਪਰਚੇ ਵੀ ਹੋ ਜਾਂਦੇ ਅਤੇ ਪੱਤਰਕਾਰਾਂ 'ਤੇ ਹਮਲੇ ਵੀ ਕੀਤੇ ਜਾਂਦੇ ਨੇ ਇਹ ਕੋਈ ਅੰਮ੍ਰਿਤਸਰ ਦੀ ਘਟਨਾ ਨਹੀਂ ਹੈ ਇਸ ਤਰ੍ਹਾਂ ਦੀ ਕਈ ਖਬਰਾਂ ਏਵਨ ਪੰਜਾਬੀ TV 'ਤੇ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਜਾ ਚੁੱਕੀਆਂ ਨੇ ਪਰ ਜਿਹੜੀ ਪੰਜਾਬ ਸਰਕਾਰ ਕਹਿ ਲਈਏ ਜਾਂ ਸਿੱਧਾ ਹੀ ਕਹਿ ਲਈਏ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਸੁੱਤੀ ਹੀ ਦਿਖ ਰਹੀ ਹੈ ਇਹ ਸਾਰੇ ਮਾਮਲਿਆਂ ਵਿੱਚ ਜਾਂ ਉਹਨਾਂ ਦੀ ਨੀਂਦ ਜਿਹੜੀ ਆ ਉਹ ਖੁੱਲ੍ਹ ਨਹੀਂ ਰਹੀ ਸੋ ਇਹ ਸੀ ਹੁਣ ਤੱਕ ਦੀ ਅਪਡੇਟ ਨਵੀਂ ਅਤੇ ਤਾਜ਼ਾ ਅਪਡੇਟ ਲਈ ਜੁੜੇ ਰਹੋ ਏਵਨ ਪੰਜਾਬੀ TV ਨਾਲ ਅਤੇ ਉਦੋਂ ਤੱਕ ਦਿਓ ਮੈਨੂੰ ਇਜਾਜ਼ਤ ਧੰਨਵਾਦ ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਫਿਰ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ ਮੈਂ ਇਹ ਤੇਲ 3-4 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ